ਇਹ ਸੰਨੀ ਦਿਓਲ ਦੇ ਪੋਸਟਰ ਲੈ ਕੇ ਅਸੀਂ ਖੜੇ ਹਾਂ ਜੀ ਹਲਕਾ ਸੁਜਾਨਪੁਰ ਦੇ ਅੰਦਰ। ਜਿਹੜਾ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਸੰਨੀ ਦਿਓਲ ਨੇ ਲੋਕ ਸਭਾ ਦੇ ਵਿੱਚ, ਅੱਜ 4 ਸਾਲ ਲਗਭਗ ਹੋਣ ਨੂੰ ਜਾ ਰਹੇ ਨੇ ਔਰ ਸੰਨੀ ਦਿਓਲ ਨੇ ਸੁਜਾਨਪੁਰ ਹਲਕੇ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਆਪਣੀ ਸ਼ਕਲ ਨਹੀਂ ਦੱਸੀ, ਜਿਹਦੇ ਕਰਕੇ ਅੱਜ ਇਹ ਗੁੰਮਸ਼ੁਦਾ ਦੇ ਜਿਹੜੇ ਆ ਇਹ ਪੋਸਟਰ ਲੱਗ ਰਹੇ ਨੇ ਸ਼ਹਿਰਾਂ ਸ਼ਹਿਰਾਂ 'ਚ ਪਿੰਡਾਂ ਪਿੰਡਾਂ ਦੇ ਵਿੱਚ, ਜਿਹਦੇ ਵਿੱਚ ਸਾਡਾ ਇਹ ਪ੍ਰਧਾਨ ਮੰਤਰੀ ਯੋਜਨਾ ਦੇ ਅੰਦਰ ਇਹਨਾਂ ਨੇ ਰੋਡ ਬਣਾਇਆ ਦਿੱਤਾ ਸੀ ਟੈਂਡਰ, ਜਿਹੜਾ BS ਸੈਣੀ ਠੇਕੇਦਾਰ ਪਠਾਨਕੋਟ ਉਹਨੂੰ ਇਹ ਟੈਂਡਰ ਦਿੱਤਾ ਸੀ, ਜਿਹੜਾ ਸਾਂਝਾ ਚੁੱਲ੍ਹਾ 2 ਗੁਗਰਾਂ ਫਿਰੋਜ਼ਪੁਰ ਸ਼ਹਿਰ ਛਨੀ ਭੇੜੀਆਂ ਹੁੰਦਿਆਂ ਕੋਠਿਆਂ ਤੋਂ ਮਾਧੋਪੁਰ ਨਿਕਲਣਾ ਸੀ ਲਗਭਗ 8 ਕਿਲੋਮੀਟਰ ਹੈ ਲਗਭਗ, ਔਰ ਜਿਹਦੀ ਲਾਗਤ 6.5 ਕਰੋੜ ਦੇ ਲਗਭਗ ਇਹਦੀ ਲਾਗਤ ਹੈ, ਔਰ ਇਹ 22/12/2021 ਨੂੰ ਜਿਹੜਾ ਇਹਦਾ ਟਾਈਮ ਹੀ ਸ਼ੁਰੂ ਹੋਇਆ, ਇਹਦਾ ਰੋਡ ਦਾ ਕੰਮ ਸ਼ੁਰੂ ਹੋਇਆ, ਔਰ ਤੁਸੀਂ ਦੇਖ ਰਹੇ ਹੋ ਨੀਂਹ ਪੱਥਰੇ ਇਹ ਰੱਖ ਕੇ ਗਏ ਅਤੇ ਸੰਨੀ ਦਿਓਲ ਦੇ ਜਿਹੜੇ ਚਹੇਤੇ BJP ਦੇ ਜਿਹੜੇ ਵਰਕਰ ਉਹ ਸੰਨੀ ਇੱਥੇ ਪੱਥਰ ਨੀਂਹ ਪੱਥਰ ਰੱਖ ਕੇ ਗਏ, ਜਿਨ੍ਹਾਂ ਦੇ ਉੱਤੇ ਸਾਡੇ ਐਕਸ ਜਿਹੜਾ MLA ਆ ਦਿਨੇਸ਼ ਸਿੰਘ ਬੱਬੂ ਉਹਦਾ ਨਾਂ ਲਿਖਿਆ ਦਾ, ਅਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਪੱਥਰ ਲਵਾਉਣ ਦਾ ਬੜਾ ਚਾਅ ਸੀ, ਤੁਹਾਨੂੰ ਇਹ ਪਲੇਟਾਂ ਲਵਾਉਣ ਦਾ ਬੜਾ ਚਾਅ ਸੀ, ਅਤੇ ਸਾਲ ਹੋ ਗਿਆ ਇਹਦਾ ਟਾਈਮ ਪੀਰੀਅਡ ਵੀ ਖਤਮ ਹੋ ਗਿਆ, ਜਿਹੜਾ ਰੋਡ ਬਣਾਉਣ ਦਾ ਟਾਈਮ ਪੀਰੀਅਡ ਸੀ ਅੱਜ ਸਾਲ ਹੋ ਗਿਆ ਉਹ ਟਾਈਮ ਪੀਰੀਅਡ ਵੀ ਖਤਮ ਹੋ ਗਿਆ, ਔਰ ਨਾ ਸੰਨੀ ਦਿਓਲ ਲੱਭਿਆ ਨਾ ਦਿਨੇਸ਼ ਸਿੰਘ ਬੱਬੂ ਲੱਭਿਆ ਅਤੇ ਨਾ ਜਿਨ੍ਹਾਂ ਨੇ ਹੁਣ ਵੋਟਾਂ ਲਈਆਂ ਨਾ ਉਹ ਲੱਭੇ, ਉਹ ਵੀ ਸਾਰੇ MLA ਬਣ ਕੇ ਆਪਣੇ ਆਪਣੇ ਘਰਾਂ 'ਚ ਵੜ ਗਏ, ਔਰ ਅਸੀਂ ਇਹ ਅੱਜ ਗੁੰਮਸ਼ੁਦਾ ਦੀ ਤਲਾਸ਼ ਦੇ ਵਿੱਚ ਪੋਸਟਰ ਅਸੀਂ ਸੰਨੀ ਦਿਓਲ ਦੇ ਲਾਉਣ ਜਾ ਰਹੇ ਹਾਂ। ਇਹ ਬਹੁਤ ਹੀ ਮਾੜਾ ਹਾਲ ਹੈ ਸੜਕ ਦਾ, ਇਹ ਸੜਕ ਨੂੰ ਤਾਂ ਕਮ ਸੇ ਕਮ ਵੀ 7 ਸਾਲ ਹੋ ਗਏ, ਇਹਦੇ ਬਹੁਤ ਮਾੜਾ ਹਾਲ ਆ, ਮੀਂਹ ਮਾੜਾ ਜਿਹਾ ਮੀਂਹ ਪੈਂਦਾ ਤਾਂ ਛੱਪੜ ਬਣ ਜਾਂਦੇ ਨੇ, ਇੱਥੇ ਰੋਜ਼ ਆਏ ਐਕਸੀਡੈਂਟ ਹੁੰਦੇ ਨਾ, ਸਰਕਾਰਾਂ ਕੋਈ ਧਿਆਨ ਨਹੀਂ ਦਿੰਦੀਆਂ ਇਹਦੇ ਵਾਲੇ ਪਾਸੇ, ਜਿਸ ਤਰ੍ਹਾਂ ਇੱਥੇ ਲੋਕ ਵੱਸਦੇ ਹੀ ਨਹੀਂ ਹੈਗੇ, ਵੋਟਾਂ ਲੈਣ ਦੀ ਵਾਰੀ ਸਾਰੀਆਂ ਪਾਰਟੀਆਂ ਆ ਜਾਂਦੀਆਂ ਆ, ਬਹੁਤ ਮਾੜਾ ਹਾਲ ਆ। ਅੱਜ ਇੱਥੇ ਪਿੱਟ ਸਿਆਪਾ ਕਰਕੇ ਗਏ ਆ ਸੰਨੀ ਦਿਓਲ ਦਾ, ਸੰਨੀ ਦਿਓਲ ਗੁੰਮਸ਼ੁਦਾ ਦੱਸਿਆ ਜਾ ਰਿਹਾ ਆ, ਪਹਿਲੇ ਆਏ ਸੀ ਅਤੇ ਇੱਥੇ ਸੰਨੀ ਦਿਓਲ ਦੇ ਬੋਰਡ ਲਾ ਗਏ ਸੀ ਵੀ ਇਹ ਸੜਕ ਬੰਦ ਰਹੀ ਆ, ਅਤੇ ਉਸ ਤੋਂ ਬਾਅਦ ਕੋਈ ਨਹੀਂ ਆਇਆ, ਇਲੈਕਸ਼ਨਾਂ ਦੇ ਟਾਈਮ 'ਤੇ ਆਣ ਕੇ ਇਹਨਾਂ ਨੇ ਬੋਰਡ ਲਾਏ ਸੀ, ਵੋਟਾਂ ਵੋਟਾਂ ਲੈਣ ਤੋਂ ਬਾਅਦ ਕੋਈ ਨਹੀਂ ਇਹਨਾਂ ਨੇ ਇਹਦੇ ਪਾਸੇ ਧਿਆਨ ਨਹੀਂ ਦਿੱਤਾ, ਕਿਸੇ ਸਰਕਾਰ ਨੇ ਨਹੀਂ ਦਿੱਤਾ, ਚਾਹੇ ਉਹ BJP ਹੋਏ, ਚਾਹੇ ਕਾਂਗਰਸ ਹੋਏ, ਚਾਹੇ ਆਮ ਆਦਮੀ ਪਾਰਟੀ ਹੋਏ ਅਤੇ ਚਾਹੇ ਅਕਾਲੀ ਹੋਏ, ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਇੰਨਾ ਮਾੜਾ ਹਾਲ ਆ ਇਸ ਸੜਕ ਦਾ, ਮੇਰੇ ਵੀਰ ਜੀ ਤੁਸੀਂ ਆਏ ਹੋ, ਤੁਸੀਂ ਪੂਰੀ ਸੜਕ ਦਾ ਮੁਆਇਨਾ ਕਰ ਲਓ, ਇਹ 1 ਇੰਚ ਵੀ ਕਿਤੋਂ ਬਣੀ ਨਹੀਂ ਹੈਗੀ, ਸਾਰੀ ਟੁੱਟੀ ਹੋਈ ਹੈ। ਮੇਰੀ ਸਰਕਾਰਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਸਾਡੇ ਵੀ ਗਰੀਬਾਂ ਨੂੰ ਰਾਹਤ ਦਿੱਤੀ ਜਾਏ।